ਗਿਆ ਭਾਈ ਅੱਜ ਬਾਕੀ ਕੰਡਾ ਦੱਸੂਗਾ ਬਾਕੀ ਸਵਾ ਚੌਂਤੀ ਨੇ ਖੁਸ਼ ਕਰਤਾ ਹਾਂ ਭਾਈ ਸਵਾ ਚੌਂਤੀ ਦਾ ਰਿਕਾਰਡ ਆ ਤੂਆ ਮੇਰਾ ਮਾਰਦਾ ਟੂਆ ਮਾਰਦਾ ਸਵਾ ਚੌਂਤੀ ਦਾ ਰਿਕਾਰਡ ਆ ਟੂਆ ਪੂਰੀ ਦਾ ਮਾਰਦਾ ਪ੍ਰਧਾਨ ਟੀਸੀ ਨਿਕਲਣੀ ਚਾਹੀਦੀ ਅੱਜ ਹਨਾ ਨਿਕਲ ਜਾਣੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਪੂਰੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਪ੍ਰਧਾਨ ਬਾਈ ਲੱਗਿਆ ਜੀਰੀ ਵੱਢਣ ਸਵਾ ਚੌਂਤੀ ਝਾੜ ਦੇਖਦੇ ਅੱਜ ਕਿਵੇਂ ਆ ਬਾਕੀ ਮਾਣ ਹੈਗਾ ਪ੍ਰਧਾਨ ਨੂੰ ਆ ਜੀਰੀ ਪੂਰੀ ਹੈਗਾ ਜੀਰੀ ਤਾਂ ਪੂਰੀ ਲੱਗੀ ਆ ਫੜ ਲਾ ਕੀਲਾ ਦੱਸਦਾ ਉਹ ਤਾਂ ਜਾਂਦਾ ਕੀਲਾ ਬੱਲੇ ਵੱਲ ਦੇਖਦੀ ਬਾਈ ਇਹਦੇ ਆਏ ਆ ਨਾ ਇਹਦੇ ਸਾਈਡਾਂ 'ਤੇ ਬੂਟੇ ਆ ਹਾਂ ਜਿੱਥੇ ਹੁਣ ਅਸੀਂ ਖੜੇ ਆ ਇੱਥੇ ਥੋੜ੍ਹੇ ਜਿਹੇ ਬੂਟੇ ਆ ਬਾਕੀ ਜਿਹੜਾ ਪੜ ਲਾ ਏ ਉਹ ਗੱਲਬਾਤ ਉਹ ਦੱਸਦਾ ਵੀ ਹਾਂ ਮੇਰੇ 'ਚ ਜੀਰੀ ਹੈਗੀ ਆ ਵੈਸੇ ਮੈਨੂੰ ਲੱਗਦਾ ਅੱਜ ਵਿਹਲੇ ਹੀ ਹੋਣਾ ਅੱਜ ਤਾਂ ਨੇ ਵਿਹਲੇ ਹੋਣਾ ਹੈਨਾ ਇਹਦੀ ਆਹ ਖੱਤੀ ਇਹਨੇ ਬਣਾਉਣੀ ਅੱਜ ਹਾਂ ਫਿਰ ਤਾਂ ਵਿਹਲਾ ਪ੍ਰਧਾਨ ਨੇ ਬਾਈ ਅੱਜ ਹੋ ਜਾਣਾ ਵਿਹਲਾ ਸਾਰਾ ਕੰਮ ਨਿਬੜ ਜਾਣਾ ਬਾਕੀ ਮਸ਼ੀਨ ਬਾਈ ਆਉਣੇ ਵਾਲੀ ਆ ਕਾਲੇ ਬਾਈ ਵਾਲੀ ਕੰਬਾਈਨ ਕਰਤਾਰ 4000 ਹਾਂਜੀ ਬਾਕੀ ਡਰਾਈਵਰ ਬਾਈ ਚਲੇ ਗਿਆ ਤਾਂ ਪਤਾ ਨਹੀਂ ਹੁਣ ਕਿੰਨੇ ਵੱਢਣਾ ਹੁਣ ਐਂ ਵੀ ਨਹੀਂ ਪਤਾ ਹੈਗਾ ਵੀ ਨਵਾਂ ਬੰਦਾ ਆਇਆ ਜਾਂ ਕਾਲੀ ਵੱਢੂਗਾ ਡਰਾਈਵਰ ਦਾ ਪਤਾ ਨਹੀਂ ਕਿਆ ਚੱਕਰ ਪਿਆ ਤੇ ਪ੍ਰਧਾਨ ਗਿਆ ਪੂਰੀ ਟਰਾਲਾ ਲੈਣ ਹਾਂ ਟਰਾਲਾ ਲੈਣ ਗਿਆ ਕਹਿੰਦਾ ਟਰਾਲਾ 16 ਫੁੱਟਾ ਪਾਉਂਗਾ ਬੜਾ ਹੁਣ ਤਾਂ ਬੜਾ ਹੀ ਪਾਉਣਾ ਪੈਣਾ 25 ਗਰਮ ਭਰ ਜੂਗਾ ਨਾ ਪੂਰੀ ਅਜ ਤਾਂ ਯਾਰ ਅਜ ਤਾਂ ਜ਼ਿਆਦਾ ਕੀ ਲੈ ਉਹਦਾ ਭਰ ਜਾਣਾ ਹਾਂ ਉਹਦਾ ਭਰ ਜਾਣਾ ਬਾਕੀ ਦੇਖਦੇ ਭਾਈ ਕਿ ਐਵਰੇਜ ਨਿਕਲਦੀ ਹੈ ਬਾਕੀ ਬੂਟੇ ਵਾਲਾ ਖੇਤ ਮਾਰ ਲੈਂਦਾ ਭਾਈ ਲਾਗਾ ਵੱਢਣੀ ਪੈਂਦੀ ਹੈ ਬੂਟਿਆਂ ਦਾ ਔਖਾ ਨਹੀਂ ਇੱਕ ਉਂ ਗਿਰ ਜਾਂਦੀ ਹੈ ਜਿਹੋ ਜੀਰੀ ਬੋਦੀ ਜੀ ਉਹ ਵੀ ਗਿਰੀ ਜਾਂਦੀ ਆ ਸਾਈਡਾਂ ਵੱਢਣੀਆਂ ਪੈਂਦੀਆਂ ਸਾਈਡਾਂ ਤਾਂ ਵੱਢਣੀਆਂ ਖੇਤ ਆ ਬਾਈ ਸਾਫ ਹੈ ਵਧੀਆ ਲੱਗਦਾ ਨਾ ਪੱਤਾ ਗਿਰੇ ਨਾ ਕੁਛ ਗਿਰੇ ਸਫਾਈ ਵਾਲੀ ਚੀਜ਼ ਵਧੀਆ ਹੈ ਬਾਕੀ ਮਿਲਾਉਂਦੇ ਆ ਤੁਹਾਨੂੰ ਪ੍ਰਧਾਨ ਨੂੰ ਵੀ ਆਉਣੇ ਵਾਲਾ ਹੈ ਟਰਾਲਾ ਲੈ ਕੇ ਮਸ਼ੀਨ ਵਾਲਾ ਵੀ ਆਉਣੇ ਵਾਲਾ ਪੂਰੀ ਆਹ ਟਾਈਮ ਤਾਂ ਚੱਲ ਪੈਂਦੀ ਹੁਣ 10 ਕੁ ਵਜੇ ਪੜਾਈ ਚੱਲ ਪੈਂਦੀ 11 ਵਜੇ 10:30 11:30 ਵਜੇ ਨਾ ਕਿਉਂਕਿ ਬਾਈ ਆਹ ਟਾਈਮ ਦੇਖੋ ਉਸ ਜੀ ਤਾਂ ਹੈ ਨਹੀਂ ਸਾਰੀ ਉਤਰ ਜਾਂਦੀ ਹੈ ਮਾੜਾ ਮੋਟਾ ਬੂਟਿਆਂ ਤੇ ਲਾਗ ਰਹਿ ਜਾਂਦੀ ਹੈ ਹਾਂ ਜਿੱਕਣਾ ਉਹ ਸਾਫ ਖੇਤ ਉੱਥੇ ਸਾਜਰ ਚੱਲ ਪੈਂਦੀ ਹੈ ਠੀਕ ਹੈ ਨਾਲੇ ਵਾਲਾ ਲਓ ਜੀ ਬਾਈ ਪ੍ਰਧਾਨ ਬਾਈ ਵੀ ਪਹੁੰਚ ਗਿਆ ਲਓ ਜੀ ਬਾਈ ਪਹੁੰਚ ਗਿਆ ਹਾਂਜੀ ਸ੍ਰੀ ਅਕਾਲ ਜੀ ਪ੍ਰਧਾਨ ਜੀ ਅੱਜ ਰੈੱਡ ਰੈੱਡ ਰਾਲਾ ਪਾਇਆ ਵਾ ਹਟਦੇ ਨਹੀਂ ਹੈਗੇ ਅੱਜ ਦੱਸੇ ਕਿ ਨਾ ਰੈੱਡ ਦੇਤਾ ਪਹਿਲਾਂ ਹੀ ਹੈ ਬਚਾਓ ਰੱਖੋ ਆਪਣਾ ਓਕੇ ਪ੍ਰਧਾਨ ਜੀ ਅੱਜ ਚੌਂਤੀ ਵੱਢਣੀ ਹਾਂ ਚੌਂਤੀ ਆ 26 ਵੀ ਥੱਲੇ ਚੌਂਤੀ ਪਰਮਾਣਾ ਥੋੜਾ ਜਿਹਾ ਹਾਂ ਚੌਂਤੀ ਪਰਮਾਣਾ 26 ਬਣੀ ਮਾਣ ਹੈਗਾ 26 ਆਇਆ 26 ਡੁੱਬੀ ਰਹੀ ਵਿਚਾਰੀ ਇਹ ਡੁੱਬੀ ਰਹੀ ਹਾਂ ਇਹ ਤਾਂ ਹੈ ਲੱਗ ਲੱਗਦਾ ਮਰੇ ਗਈ ਆ ਬਾਕੀ ਬਾਈ ਚੌਂਤੀ ਦੇਖਣੇ ਨੂੰ ਸੋਹਣੀ ਲੱਗਦੀ ਬਾਕੀ ਬੰਬੂ ਦੱਸੂਗਾ ਹੁਣ ਬਾਕੀ ਨਹੀਂ ਹਾਂ ਕੰਡਾ ਨਹੀਂ ਬੰਬੂ ਚ ਵੀ ਜਾਨ ਹੈਗੀ ਐ ਨਹੀਂ ਨਹੀਂ ਜਾਨ ਕੋਈ ਨਹੀਂ ਫੱਕ ਫੁੱਕ ਦਾ ਨਹੀਂ ਕੁਝ ਪਤਾ ਲੱਗਦਾ ਕਿਉਂ ਪੂਰੀ ਨਹੀਂ ਆਇਆ ਤਾਂ ਉੱਥੇ ਜੱਗੇ ਨਾਲ ਦੇ ਵੱਡੀ ਫੱਕ ਨਹੀਂ ਨਿਕਲੀ ਹੂੰ 34 27 ਮੈਂ ਫੱਕ ਨਹੀਂ ਹੈਗੀ ਠੀਕ ਰਿਹਾ ਜ਼ਮੀਨ ਦਾ ਫਰਕ ਆਪਣੇ ਨਾਲ ਤੇ ਫਰਕ ਹੈ ਨਿੱਗਰ ਜ਼ਮੀਨ ਆ ਨਿੱਗਰ ਜ਼ਮੀਨ ਆ ਆ ਗਈ ਮਸ਼ੀਨ ਜੀ ਹਾਂ ਮਸ਼ੀਨ ਬਸ ਪਿੱਛੇ ਆਉਂਦੀ ਨਿੰਦਰ ਨਹੀਂ ਆਉਂਦਾ ਡਰਾਈਵਰ ਆ ਗਿਆ ਹੈ ਲਓ ਜੀ ਭਾਈ ਡਰਾਈਵਰ ਨਿੰਦਰ ਬਾਈ ਮਿਲ ਗਿਆ ਫਿਰ ਐ ਨਹੀਂ ਪਤਾ ਹੁਣ ਕਿੰਨੇ ਦਿਨ ਖਾਤਰ ਮਿਲੇ ਚਲੋ ਹਾਲ ਦੀ ਘੜੀ ਤਾਂ ਮਿਲ ਗਿਆ ਹਾਂ ਕੰਮ ਸਾਰਤਾ ਕੰਮ ਸਾਰਤਾ ਡਰਾਈਵਰ ਵਧੀਆ ਹੈ ਡਰਾਈਵਰ ਵਧੀਆ ਹੈ ਡਰਾਈਵਰ ਚਲੋ ਜਿਗਣਾ ਮਰਜੀ ਛੇੜੀ ਚੱਲ ਹਾਸੀ ਮਜ਼ਾਕ ਕਰੀ ਜੇ ਬੰਦਾ ਵਧੀਆ ਚਲੋ ਹੁਣ ਵੱਡ ਹੋ ਜਵੇ ਸਾਡੀ ਸੰਤ ਆਹੀ ਫਾਇਦਾ ਏ ਹੋਰ ਕੀ ਸੀ ਆਹੀ 10 ਦਿਨ ਐ ਬਸ ਬਰਾਂ ਜੀ ਯਾਰ ਤੇ ਕੰਮ ਖੁੱਲ ਗਏ ਜਾਂ ਤੇ 10 ਦਿਨ ਆ ਮੇਰੇ ਹਿਸਾਬ ਨਾਲ ਹਾਂ ਕੰਮ ਖੁੱਲੇ ਵੀ ਆਪਣੇ ਖੁੱਲ ਗਈ ਹੂੰ ਬਰਾਂ ਜੀ ਕਟਰਾਲੇ ਕੇ ਸਰ ਜੂਗਾ ਦੋ ਆਉਂਗੇ ਦੋ ਆਏ ਹੈ ਦੋਆ ਪਿਆਰੇ ਹੂੰ ਠੀਕ ਆ ਹੈਗਾ ਦਿੱਲੀ ਵਾਲਾ ਪੂਰੀ ਕਹਿੰਦਾ ਹੈ ਨਹੀਂ ਹੈਗਾ ਉਹ ਵੀ ਲੈ ਕੇ ਆਣਾ ਐਮਰਜੈਂਸੀ ਰੱਖਿਆ ਉਹ ਹਾਂ ਜੇ ਵਾਧਿਆ ਘਟਿਆ ਪਾ ਲੂਗੇ ਉਹਦੇ ਚ ਪਾਉਣਾ ਤਾਂ ਨਹੀਂ ਉਹਦੇ ਪਾਉਣਾ ਪੈਣਾ ਇਹ ਐਮਰਜੈਂਸੀ ਹੈ ਉਹ ਨਬੂ ਲੈ ਕੇ ਆਊਗਾ ਅੱਛਾ ਨਬੂ ਜਾ ਕਾਲਾ ਠੀਕ ਆ ਲਓ ਜੀ ਬੇਟਿੰਗ ਖਤਮ ਪ੍ਰਧਾਨ ਜੀ ਬੇਟਿੰਗ ਖਤਮ ਬੇਟਿੰਗ ਖਤਮ ਤੇ ਅੜੀਕਾਂ ਹੋ ਗਈਆਂ ਪੂਰੀਆਂ ਕਹਿੰਦੇ ਆ ਗਈ ਬਈ ਆ ਗਈ ਬੂਟਿਆਂ ਜਿਹਨੂੰ ਆਉਂਦੀ ਛੂਕ ਦੀ ਬੜਾ ਭਾਈ ਛੋਟਾ ਭਾਈ ਦੋਏ ਇਕੱਠੇ ਹੋ ਗਏ ਕੌਣ ਕੌਣ ਨਿੰਦਰ ਆ ਜੀ ਨਾ ਪੁਰਾਣੇ ਜੁੱਟ ਇਕੱਠੇ ਹੋ ਗਏ ਇਹਨਾਂ ਨੂੰ ਕਾਲਾ ਬਾਈ ਬਹੁਤ ਜ਼ਿਆਦਾ ਪ੍ਰਧਾਨ ਨੇ ਤਾਜੀ ਤਾਜੀ ਮਿੱਟੀ ਪਵਾ ਕੇ ਦੇਖ ਕੰਪੈਨ ਕਿੱਧਰ ਨੂੰ ਚੜਾਈ ਹੈ ਨਾ ਬਹੁਤ ਜਗ੍ਹਾ ਦੀ ਦੂਏ ਪਾਸੇ ਇੱਧਰ ਵੀ ਜਗ੍ਹਾ ਖਾਸੀ ਨਹੀਂ ਆ ਆਏ ਤਾਂ ਪ੍ਰਧਾਨ ਜੀ ਜਿਹਨੂੰ ਹੁਣ ਡਰਾਈਵਰੀ ਆਉਂਦੀ ਉਹਨੂੰ ਪਤਾ ਹੀ ਹੈ ਵੀ ਇੱਥੇ ਲੰਘ ਜਾਣੀ ਪੱਕਾ ਨਹੀਂ ਪੂਰੀ ਲੰਘਣਾ ਨਹੀਂ ਤਾਂ ਇੱਥੇ ਨੂੰ ਗੈਸ ਲਾਇਆ ਤਾਂ ਹੁਣ ਇੱਥੇ ਨੂੰ ਬਾਈ ਲੰਘਣਾ ਨਹੀਂ ਤਾਂ ਮੈਂ ਦੇਖ ਲਿਆ ਪਹਿਲੇ ਪਤਾ ਹੀ ਨਹੀਂ ਬੋਲਦਾ ਕੀ ਹੋਇਆ ਪ੍ਰਧਾਨ ਜੀ ਉਹ ਕਹਿੰਦਾ ਵੀ ਟੇਢੀ ਹੋ ਕੇ ਲੱਗ ਜਾਣੀ ਨਾਲ ਗੱਲ ਵੀ ਠੀਕ ਹੈ ਭਾਈ ਭਾਈ ਉਹ ਤੁਹਾਨੂੰ ਰਹਿ ਨਹੀਂ ਪੂਰੀ ਡਰਾਈਵਰ ਡਰਾਈਵਰ ਹੀ ਹੁੰਦਾ ਜਿਸ ਕੋ ਕਾਮ ਉਸੀ ਕੋ ਸਾਜੇ ਲਓ ਜੀ ਇੱਕ ਵਾਰ ਵੱਢ ਕੇ ਪੂਰੀ ਖੜਾ ਕੇ ਕਹਿੰਦੇ ਪੈਂਦੇ ਆ ਜੇ ਇਕੱਠੇ ਗੇਰ ਤੇ ਗੂੜਾ ਲੱਗ ਜਾਂਦਾ ਮਸ਼ੀਨ ਭਗਾ ਕੇ ਮਾਰਦੀ ਆ ਭਗਾ ਕੇ ਮਾਰਦੀ ਜੇ ਪਹਿਲਾਂ ਹੀ ਖਿੜਵੇਂ ਜੇ ਹੋਵੇ
ਪੂਰੇ ਬੂਟਿਆਂ ਦੀ ਮਾਰ ਹੈ ਬੂਟਿਆਂ ਕਰਕੇ ਜਿਹੜੀ ਲਾਗ ਲਾਗ ਹੁੰਦੀ ਗਿਰੇ ਜਾਂਦੀ ਹੈ ਬੋਧੀ ਹੋ ਜਾਂਦੀ ਹੈ ਉਦਾਂ ਪੱਕ ਗਏ ਚੀਰੀ ਚੀਰੀ ਪੱਕ ਗਈ ਮੈਂ ਕਹਿੰਦਾ ਸਭ ਤੇ ਗੇਤੀ ਇਹੀ ਲੱਗੀ ਵੀ ਹੈ ਹਾਂ ਹੈ ਤਾਂ ਇਹ ਵੀ ਗੇਤੀਆਂ ਚ ਗਿਣੀ ਜਾਂਦੀ ਬਾਕੀ ਭਾਈ ਗਰੁੱਪ ਮਿਲ ਗਿਆ ਤਾਂ ਇੱਕ ਗਰੁੱਪ ਕੇ ਰਲ ਕੇ ਵੱਢ ਲਈ ਉਹਦੇ ਕਿੰਨੇ ਜਾਣੇ ਦੇ ਚਾਰ ਜਾਣਿਆਂ ਦਾ ਗਰੁੱਪ ਦਾ ਜੇ ਮੈਂ ਕਹਿੰਦਾ ਆਹ ਸਪੀਡ ਨਾਲ ਲੱਗਿਆ ਹੁੰਦਾ ਕੀਲੇ ਨੂੰ ਘਾਟਾ ਲਾਉਣਾ ਕੀਲੇ ਨੂੰ ਘਾਟਾ ਲਾਉਣਾ ਤਾਂ ਇਹ ਸੇਵਾ ਚੱਲਦੀ ਬਾਈ ਅੱਜ ਪ੍ਰਧਾਨ ਬਾਈ ਕਰਨੀ ਹੌਲੀ ਹੌਲੀ ਪੂਰੀ ਆਪਣਾ ਵੀ ਨੰਬਰ ਆ ਜਾਣਾ ਸਾਰਿਆਂ ਦਾ ਚੱਲ ਵੀ ਬੜਾ ਡਵਾਡੀ ਪੂਰੀ ਚੱਲ ਵੀ ਚੱਲ ਉਹ ਮੌਸਮ ਬਹੁਤ ਵਧੀਆ ਬੱਦਲ ਨਾ ਆਵੇ ਮੀਂਹ ਨਾ ਆਵੇ ਨਾ ਮੀਂਹ ਨਾ ਆਵੇ ਉਦਾਂ ਮੌਸਮ ਵਧੀਆ ਕਿਉਂਕਿ ਬਾਈ ਹੌਲੀ ਹੌਲੀ ਹੁਣ ਮੰਡੀਆਂ ਵੀ ਖੁੱਲਣ ਲੱਗ ਗਈਆਂ ਮੰਡੀਆਂ 'ਚ ਵੀ ਆਏ ਆ ਵੀ ਆਪਣਾ ਏਰੀਆ ਤਾਂ ਚਲੋ ਚੱਲ ਜਾਂਦਾ ਸੁੱਕ ਜਾਂਦਾ ਹੈ ਅਸੀਂ ਚਮਕੌਰ ਕਹਿੰਦੇ ਨੂੰ ਪਰਾਂ ਨੂੰ ਉੱਧਰ ਨੂੰ ਔਖਾ ਹੋ ਜਾਂਦਾ ਪੂਰੀ ਉਦਾਂ ਵੀ ਮੈਂ ਦੇਖਿਆ ਹੁਣ ਮੰਡੀਆਂ 'ਚ ਰਾਸ਼ੀਆ ਹੋਣ ਲੱਗ ਗਿਆ ਕੰਮ ਚੱਲ ਪਿਆ ਪੂਰਾ ਕੰਮ ਪੂਰਾ ਚੱਲਦਾ ਹੁਣ ਤਾਂ ਜਿਹੜਾ 26 ਬੀਜ ਆ ਹਾਂ ਉਹ ਭੱਜਿਆ ਜਾਂਦਾ ਹੁਣ ਉਹ ਤਾਂ ਭੱਜਿਆ ਜਾਂਦਾ ਬਾਕੀ ਭਾਈ ਪਕਾ ਕੇ ਲੈ ਕੇ ਜਾਓ ਫੇਰ ਨਹੀਂ ਉੱਥੇ ਟਾਈਮ ਲੱਗਦਾ ਜੇ ਹਰੀ ਲੈ ਕੇ ਜਾਓਗੇ ਫਿਰ ਫੁੱਲ ਫਲੀਆ ਜ਼ਿਆਦਾ ਦੋ ਦਿਨ ਘਰੇ ਬੈਠ ਜਾਓ ਹਾਂ ਫਿਰ ਫੁੱਲ ਫਲੀਆ ਜ਼ਿਆਦਾ ਹੈ ਹਾਂ ਜਿੰਨਾ ਫੁੱਲੂਗੇ ਉਹਦੇ ਗੱਲ ਭਾਈ ਆਏ ਆ ਥੋੜਾ ਦਾਣਾ ਹੀ ਸੁੱਕਣਾ ਥੋੜੀ ਝਾੜ ਘਟਣਾ ਕਿਉਂਕਿ ਹੁਣ ਕੰਮ ਵੱਧ ਗਿਆ ਜ਼ਿਆਦਾ ਬਾਈ ਹੁਣ ਆਪਣਾ ਸੁਕਾ ਕੇ ਲੈ ਕੇ ਜਾਓ ਮੇਰੇ ਤਕਰੀਬਨ ਮੇਰੇ ਹਿਸਾਬ ਨਾਲ ਤਾਂ 26 ਹੋ ਜਾ ਰਹੀ ਪੂਰੀ ਹਲੇ ਨਾ 26 ਹੋ ਜਾਂਦੀ ਬਾਕੀ ਭਾਈ ਪੂਰੀ ਹਥਿਆਰ ਆਪਣੇ ਘਰ ਤੇ ਹੀ ਲੈ ਕੇ ਆਇਆ ਦਾਤੀ ਕਹਿੰਦਾ ਕਿਸੇ ਦੇ ਹਥਿਆਰ ਦਾ ਕੋਈ ਭਰੋਸਾ ਨਹੀਂ ਆਪਣੇ ਦਾ ਹੱਥ ਵੜ ਦਿੰਦੇ ਆ ਆਪਣੇ ਦਾ ਭੇਜ ਤਾਂ ਕਹਿੰਦਾ ਆਪਣੇ ਦਾ ਭੇਜ ਤਾਂ ਵੀ ਹੱਥ ਨਹੀਂ ਵੜਦਾ ਕੋਈ ਦਾਤੀ ਕੋਈ ਅਸਲਾ ਟਰਾਲਾ ਲਿਆ ਪਹਿਲਾਂ ਕਦੇ ਉਹ ਟਰਾਲਾ ਲੈਣ ਆਉਣ ਗਿਆ ਏ ਚਲੋ ਕੋਈ ਨੀ ਬਾਕੀ ਅਸੀਂ ਵੀ ਹੁਣ ਲੱਗੇ ਪਏ ਆ ਪੂਰੀ ਖੰਭੇ ਕਿੰਨੇ ਕੁ ਦੁਖੀ ਹੋਏ ਨਾ ਦੇ ਤੁਸੀਂ ਕੰਬਾਈਨ ਵਾਲੇ ਨੇ ਖੰਭੇ ਵਾਲਾ ਬਾਈ ਜਿੱਕੜਾ ਕਿਤੇ ਧਾਨਾਂ ਨੂੰ ਕਣਕ ਦਾ ਛਿੱਟਾ ਦਿੱਤਾ ਹੁੰਦਾ ਆਏ ਅੱਗੇ ਵੇਖ ਲਓ ਖੇਤ ਵਾ ਲਓ ਜੀ ਬਾਈ ਟਰਾਲੇ ਦੋਹੇ ਆ ਗਏ ਪੱਲੀ ਕਿਸੇ ਨੂੰ ਵੀ ਲਾਈ ਸੀ ਪੂਰੀ ਕਿਆ ਹੋ ਗਿਆ ਪੱਲੀ ਲਾਈ ਨੀ ਪਈ ਹੈਗੀ ਕਹਿੰਦੇ ਮੌਕੇ ਪਰੇ ਕੰਮ ਸਾਰੇ ਹੋਣੇ ਆ ਹੁਣ ਫਟਾ ਪਿੱਛੇ ਤੇ ਲੈ ਆ ਫੜ ਲਿਆ ਪੱਲੜ ਫੋਟੋ ਕਹਿੰਦਾ ਜਿਵੇਂ ਠੰਡ ਲੱਗਦੀ ਹੁੰਦੀ ਹੈ ਪੱਲਾ ਲਾਉਣ ਲੱਗੇ ਬਾਈ ਪੂਰੇ ਆਜੂਗਾ ਪੂਰਾ ਇੱਥੇ ਗੱਠ ਬੰਨਦੇ ਇੱਕ ਪਿੱਛੇ ਡੰਗਰ ਵਾਲਾ ਪੱਲੜ ਠੀਕ ਹੈ ਪੂਰੀ ਲਓ ਜੀ ਕੰਮ ਹੋ ਗਿਆ ਸ਼ੁਰੂ ਪ੍ਰਧਾਨ ਬਾਈ ਉੱਪਰੇ ਬਹਿ ਗਏ ਆ ਲਓ ਜੀ ਬਾਈ ਮਹਿਕਮੇ ਵਾਲੇ ਉੱਪਰ ਬੈਠੇ ਪ੍ਰਧਾਨ ਜੀ ਇੱਧਰ ਪੂਰੀ ਬਾਈ ਨੇ ਕਰਤਾ ਪੂਰੀ ਲੋਟ ਮੰਨ ਗਿਆ ਪੱਲੜ ਕਮਨਾ ਛੱਡਿਆ ਪੂਰੀ ਹੈ ਤਾਂ ਖੂਹ ਹੈ ਟਰਾਲਾ 16 ਫੁੱਟਾ ਸੋਲਾ ਫੁੱਟਾ ਬਾਕੀ ਪੱਲੜ ਵੀ ਬਾਈ ਦਲੀਨਾ ਨੇ ਸੋਹਣਾ ਨਿੱਗਰ ਲਾਇਆ ਪਿਆ ਮੋਟਾ ਪੱਲੜ ਹੈ ਪਟਨੇ ਪੁਟਨੇ ਵਾਲਾ ਚੱਕਰ ਨਹੀਂ ਹੈਗਾ ਹਾਂ ਡਬਲ ਥੈਲੇ ਵਾਲਾ ਹੈ ਪ੍ਰਧਾਨ ਜੀ ਠੀਕ ਵੜਦਾ ਵੀਰ ਹਾਂ ਬਹੁਤ ਵਧੀਆ ਨੰਦਰ ਵੜਦਾ ਬਾਈ ਹਾਂ ਹਾਂ ਥੋੜੀ ਜਿਹੀ ਗਿਰੀ ਵੀ ਦੀ ਤਾਂ ਥਲੇ ਤੇ ਚੱਕਦੀ ਅੱਛਾ ਹਾਂ ਉਹਦਾ ਕੰਮ ਲੋਟ ਹਾਂ ਠੀਕ ਆ ਮੁੰਡਾ
ਪੁਰਾਣੇ ਫਿਰ ਮੂਡ ਬਦਲ ਗਿਆ ਪਹਿਲਾਂ ਤੁਸੀਂ ਵੱਢਣੇ ਸੀ ਹੁਣ ਫਿਰ ਉਹ ਮਸ਼ੀਨ ਨਾ ਲੰਘੀ ਨਹੀਂ ਇੱਕ ਪੂਲਰ ਲੱਗ ਗਿਆ ਅੱਛਾ ਫਿਰ ਮੈਂ ਕਿਹਾ ਥੱਲੇ ਵੱਢਦੇ ਉੱਪਰ ਫਿਰ ਜਾਊਂਗੇ ਵੱਢਣੀ ਤਾਂ ਸਾਰੀ ਹੋ ਅੱਜ ਵੱਢਣੀ ਸਾਰੀ ਹੋ ਵਿਹਲਾ ਹੋ ਜਾਣਾ ਅੱਜ ਅੱਜ ਮਹਾਰਾਜ ਦੀ ਕਿਰਪਾ ਕਰ ਵਿਹਲੇ ਗਰੀਬੀਆਂ ਚੱਕ ਦੇਣੀਆਂ ਇਹਦੇ ਝਾੜ ਘੱਟ ਪਤਾ ਜੀ ਇਹੀ ਨਾ ਇਹ ਪਾਣੀ ਚ ਇਹਦਾ ਝਾੜ ਪ੍ਰਦਾਨ ਕਹਿੰਦਾ ਘੱਟ ਹੈ ਇਹ ਡੁੱਬੀ ਰਹੀ ਪਾਣੀ ਚ ਤਾਂ ਕਰਕੇ ਹਾਂ ਉਹ ਤਾਂ ਹੈ ਸਾਡਾ ਅੱਗੇ ਵੀ ਅੱਕਣੀ ਜਾਂਦਾ ਆਪਣੇ ਬਜਾਈ ਨੀ ਹੈਗੀ ਸਾਨੂੰ ਤਾਂ ਸਫਾਈ ਚ ਬੀਜਣੇ ਦਾ ਫਾਇਦਾ ਹੈ ਅਸੀਂ ਕਹਿੰਦੇ ਵੀ ਜਦ ਤੱਕ ਖੇਤ ਦੇ ਚਾਰੇ ਖੂੰਜੇ ਯਾਰ ਪੱਧਰੇ ਦੇ ਕੇ ਖੇਤ ਸਾਫ ਨਾ ਦੇਵੇ ਵੀ ਜਦ ਤੱਕ ਨਹੀਂ ਖੜਦੇ ਹੈਗੇ ਪਰ ਸੁਪਰ ਸੀਡਰ ਦੀ ਬਿਜਾਈ ਬਹੁਤ ਹੈ ਫਾਇਦੇ 'ਚ ਧੌਣ ਜੀ ਕਰਦੇ ਦੇਖਾਂਗੇ ਖੇਤ 'ਚ ਸਾਫ਼ ਹੋ ਗਿਆ ਫਿਰ ਵੀ ਸੁਪਰ ਸੀਡਰ 'ਤੇ ਬਜਾ ਦਾਂਗੇ ਰੇਟ ਤੋੜ ਤੋੜ ਮਤਲਬ ਜੰਮ ਜ਼ਿਆਦਾ ਸੁਪਰ ਸੀਡਰ ਵਾਲੀ ਦਾ ਜੰਮ ਵੀ ਜ਼ਿਆਦਾ ਇਹ ਕਣਕ ਗਿਰਦੀ ਨਹੀਂ ਹੈਗੀ ਅੱਛਾ ਝਾੜ 'ਤੇ ਵੀ ਫਰਕ ਹੈ ਇਹਦਾ ਠੀਕ ਹੈ ਠੀਕ ਸੁਪਰ ਸੀਡਰ ਵਾਲੀ ਦਾ ਠੀਕ ਹੈ ਪੂਰੇ ਬਈ ਵਧੀਆ ਕੰਮ ਚੱਲਦਾ ਵਧੀਆ ਵੀ ਵਧੀਆ ਸਾਈਡਰ ਨਿਬੜ ਗਿਆ ਹਾਂ ਸਾਈਡਰ ਨਿਬੜ ਗਿਆ ਠੀਕ ਹੈ ਉਹ ਜਿਹਦੇ ਪਾਣੀ ਪੀ ਲੈ ਦੋ ਟੈਂਕ ਪਾ ਲੇ ਬਾਈ ਆ ਪੱਲਾ ਜਾ ਨੀ ਲੋਟ ਆਉਂਦਾ ਉਦਣ ਵੀ ਆਹੀ ਤਾਂ ਪਤਾ ਨਾ ਪਾਏ ਨਾ ਕਿ ਪੂਰੀ ਮੀਂਹ ਚ ਕੰਮ ਇਹ ਨੀ ਸਾਰੇ ਆ ਇਹੀ ਤਾਂ ਪਰ ਤਾਂ ਇੰਨੇ ਕੁ ਧਾਨ ਤੇ ਉਦਣ ਜਿੰਨੇ ਕੁਣ ਵਿੱਚ ਪਿੱਛੇ ਨੂੰ ਪੂਰੀ ਜ਼ਿਆਦਾ ਅੱਛਾ ਡਬਲ ਏ ਪਾ ਤਾ ਪਿੱਛੇ ਨੂੰ ਘੁਮਾ ਕੇ ਫੇਰ ਨੀ ਲੋੜ ਹੈਗੀ ਕਰਤਾ ਕੰਪਿਊਟਰ ਕਰਾ ਪੱਖਾ ਲੱਗ ਗਿਆ ਮੰਡੀ ਵਾਲਾ ਪ੍ਰਧਾਨ ਸੁਥਰੀ ਆ ਚੈੱਕ ਕਰਦਾ ਚੱਕ ਚੱਕ ਕੇ ਲੋ ਜੀ ਚੋਈ ਵਾਲੇ ਖੇਤ ਦਾ ਖਾਤਮਾ ਪੂਰੀ ਨੌਕਰੀ ਖਤਮ ਹੋ ਗਈ ਕਿ ਚੱਲਦੀ ਹਲੇ ਨੌਕਰੀ ਖਤਮ ਹੋ ਗਈ ਡਿਊਟੀ ਚੱਲਦੀ ਆ ਚੱਲਦੀ ਆ ਕੰਮ ਜੇ ਹੋਵੇ ਨਾ ਹੋਵੇ ਡਿਊਟੀ ਲਾਉਣ ਆ ਤਾਂ ਘੰਟੇ ਲਾਉਣੀ ਹੋਵੇ ਪੂਰੀ ਇਹਦਾ ਡੁੱਬ ਗਿਆ ਦਾ ਖੇਤ ਹਾਂ ਹੀ ਡੁੱਬਿਆ ਇਹ ਬਾਈ ਡੁੱਬ ਲਿਆ ਦਾ ਖੇਤ ਸਾਰੇ ਹਾਂ ਉੱਚੇ ਖੇਤ ਵੀ ਬਾਈ ਡੁੱਬ ਲਿਆ ਐਤਕੀ ਇਹ ਤਾਂ ਨੀਵੀਂ ਜਗ੍ਹਾ ਵਾਲੇ ਆ ਬਾਈ ਜੀ ਕਹਿੰਦੇ ਚੀਨਾ ਬਾਈ ਭੂਰੀ ਨੇ ਪੱਟ ਲਿਆ ਆਪਣੇ ਕੋਲ ਲਿਆਈ ਜਾਂਦਾ ਇਹਨੂੰ ਆੜੀ ਨੂੰ ਆੜੀ ਟੱਕਰ ਗਿਆ ਕਿਆ ਭੂਰੀ ਉਹ ਪ੍ਰਧਾਨ ਵੀ ਲਿਆਇਆ ਆਪਣੇ ਵਾਲਾ ਸਕੋਡਾ ਭੂਰੀ ਪ੍ਰਧਾਨ ਵਾਲਾ ਕੱਢਿਆ ਚੀਨੇ ਬਾਈ ਕਿਆ ਗੱਲ ਹੈ ਕੋਈ ਥੋੜੇ ਦਾਣੇ ਪਾਉਣੇ ਉਹ ਚ ਕਲਾਕ ਵਾਲੇ ਦਾਣੇ ਪਾਉਣੇ ਮੈਂ ਕਹਿੰਦਾ ਪ੍ਰਧਾਨ ਨੇ ਇੱਕ ਸਾਈਡ ਉਹ ਆ ਬਾਈ ਉਹਦੇ ਵਿੱਚ
ਕਿੰਨੇ ਵਜੇ ਸੀਜ਼ਨ ਵਧੀਆ ਚੱਲਦਾ? ਸ਼ੁਰੂਆਤ ਵਧੀਆ ਹੋਗੀ ਬਾਕੀ ਬਸ ਠੀਕ ਹੈ। ਪੁਰਾਣੀ ਜੁੱਟ ਮਿਲ ਗਿਆ, ਪੁਰਾਣਾ ਜੁੱਟ ਮਿਲ ਗਿਆ ਬਸ ਠੀਕ ਹੈ। ਬਾਕੀ ਪ੍ਰਧਾਨ ਦੇਖੋ ਜੀ ਸਾਹਮਣੇ ਆ ਲਾਗ ਕਹਿੰਦਾ ਵੀ ਕਿਹਨੇ ਬਾਈ ਵੀ ਉਹਦੇ ਚ ਪਾਉਣ ਨੀ ਲੱਗ ਰਹੇ ਟਰਾਲੇ ਦੇ ਵਿੱਚ। ਹਾਂ ਵੀ ਕਹਿੰਦਾ ਨਰਮ ਨਾ ਹੋਵੇ। ਮੈਂ ਕਿਹਾ ਚੱਲ ਠੀਕ ਹੈ। ਲਓ ਜੀ ਕੰਮ ਅੜ ਗਿਆ। ਇੱਕ ਬੂਟਾ ਅੜਿੱਕਾ ਲਾਉਂਦਾ ਤਾ ਰਸਤਾ ਮਿਲਿਆ ਨੀ ਕਿਸੇ ਪਾਸੇ ਨੂੰ। ਕਹਿੰਦੇ ਬਾੜ ਵਾਲੇ ਆ ਗਏ ਇੱਧਰ ਦਬਦਾ ਕਿਤੇ ਹੈ ਛੋਟਾ ਜਿਹਾ ਹੀ ਆ ਪੂਰੀ ਗਿਰ ਜੂ ਗਾ ਜੇ ਪੂਰੀ ਹੈ ਖਿੱਚਣਾ ਪ੍ਰਧਾਨ ਉੱਪਰ ਇਹਨਾਂ ਗੇਰ ਲਈ ਉੱਪਰ ਦਾ ਬੂਟਾ ਕਿਤੇ ਲੈ ਬਾਈ ਕਰਤਾ ਵੇਲਾ ਪ੍ਰਧਾਨ ਘੁੱਗੀ ਕਹਿ ਕਰਤੀ। ਵੈਸੇ ਇਹਨਾਂ ਦਾ ਨੰਬਰ ਆਇਆ ਪਿਆ ਪੱਟੇ ਹੋਏ ਨੇ ਹੌਲੀ ਹੌਲੀ ਹੁਣ ਪ੍ਰਧਾਨ ਪੱਕਿਆਂ ਨਾਲ ਦੇ ਹੀ ਇਹ ਹਾਂ ਨਰਮ ਹਲੇ ਉਹ ਲੈਣ ਦੇ ਹੁਣ ਲੈਣੇ ਪੱਟੂਗਾ ਦਬਦਾ ਪੂਰੀ ਜੋ ਮਰਜ਼ੀ ਕਰਾ ਲਓ ਮਾੜਾ ਮੋਟੇ ਆਹੋ ਇੰਨੀ ਕਿਤੇ ਰਹਿਣੀ ਹੋਣਾ। ਪ੍ਰਧਾਨ ਜੀ ਹੁਣ ਆਪਣੇ ਟਰਾਲੇ ਚ ਪਾਉਣਾ ਇਹ ਮਾਲ ਬੂਟਿਆਂ ਕਰਕੇ ਨਰਮ ਅੱਛਾ ਵੀ ਵਿਚਣਾ ਰਲੇ ਹਾਂ ਵੀ ਵਿਚਣਾ ਰਲੇ ਵੀ ਦੂਏ ਵੀ ਖਰਾਬ ਕਰੂ ਫਿਰ ਐ ਜੋ ਫੁੱਲਣੇ ਪੈਣੇ ਆ ਇਹ ਫੁੱਲਣਾ ਨਹੀਂ ਪੈਣਾ ਹੈ ਇਹ ਫੁੱਲਣਾ ਪੈਣਾ ਦੂਏ ਫੁੱਲਣੇ ਨਹੀਂ ਪੈਣੇ ਪੱਕੇ ਆ ਨਾ ਦੂਏ ਉਹ ਵੀ ਗੱਲ ਠੀਕ ਆ ਤੁਹਾਡੀ ਬਾਈ ਪਾਉਣੇ ਪੈਣੇ ਨੇ ਲੱਗਦੇ ਹੈ ਤੇ ਘਰ ਫੋਲੂ ਕਿਹਨੂੰ ਬੈਠ ਜੇ ਹਾਂ ਘਰ ਫੋਲੂਗਾ ਮੱਡੀ ਚ ਫੋਲਦੇ ਦੂਜੇ ਵੀ ਜਾ ਕੇ ਲਓ ਜੀ ਲਓ ਜੀ ਹਥਿਆਰ ਨੀਵਾ ਖੇਤ ਫਤਿਹ ਕਰਿਆ ਪੂਰੀ ਹੁਣ ਖੁਦ ਨਿਬੜ ਗਿਆ ਹੁਣ ਜਿਹਦੇ ਪਰ ਮਾਣ ਆ ਪ੍ਰਧਾਨ ਨੂੰ ਉਹਦਾ ਨੰਬਰ ਆਇਆ ਚਮਤੀ ਦਾ ਚਮਤੀ ਬਾਕੀ ਪੱਕੀ ਤਾਂ ਪੂਰੀ ਪਈ ਆ ਦੇਖ ਲਾ ਪੂਰੀ ਕੁੜੀ ਪਈ ਆ ਕੁੜੀ ਪਈ ਆ ਬਾਈ ਆ ਦੇਖ ਲਓ ਸਾਹਮਣੇ ਹਵਾ ਜ਼ਿਆਦਾ ਲੱਗਦੀ ਹਵਾ ਜ਼ਿਆਦਾ ਲੱਗਦੀ ਪੂਰੀ ਹੁਣ ਮਸ਼ੀਨ ਔਖੀ ਹੁੰਦੀ ਬੂਟਿਆਂ 'ਚ ਬੂਟਿਆਂ ਦਾ ਸਲਾਹ ਔਖਾ ਹੋ ਹੁਣ ਦੇਖ ਲਾ ਅਸੀਂ ਆ ਦੇਖ ਲਾ ਮਿੰਟ 'ਚ ਲੈ ਕੇ ਆ ਗਏ ਘੜੂਕਾ ਮਸ਼ੀਨ ਕਿਤੇ ਫਿਰਦੀ ਹੈ ਮੂੜ ਦੇ ਲਈ ਜਿੱਥੇ ਮਰਜ਼ੀ ਕੱਢ ਲਏ ਦੇਖ ਲਓ ਭਾਈ ਸਵਾ ਚੌਂਤੀ ਦਾ ਵੀ ਨੰਬਰ ਲੱਗ ਗਿਆ ਲਾਗੀ ਨਿਕਲ ਟੀਸੀ ਹਾਂ ਹਾਂ ਕਹਿੰਦੇ ਟੀਸੀ ਨਿਕਲ ਲੱਗ ਗਈ ਬਾਈ ਕੀ ਆ ਜੀ ਰੀ ਜਾਂਦੀ ਹੋ ਲੱਗ ਜਾਣੀ ਸੁੱਕੀ ਆ ਜਾਂਦੀ ਹੋ ਲੱਗ ਜਾਣੀ ਮਾੜਾ ਮੋਟਾ ਦਾਣਾ ਹਰਾ ਐਂ ਤਾਂ ਫੋਲੂਗੇ ਦਿਹਾੜੀ ਕਾ ਉਹ ਲੱਗ ਜਾਣੀ ਆ ਜਾਂਦੀ ਹੋ ਲੱਗ ਜਾਣੀ ਪੂਰੀ ਕਿੰਨੇ ਕਿਲੇ ਵਾਟੋਗੇ ਹੁਣ ਇਹ ਸਮਝ ਲੈ ਕਿਲਾ ਉੱਥੇ ਦੇ ਤਾਂ ਹੇਠਲਾ ਆ ਇੱਕ ਫਾਂਟ ਉਹ ਤੇ ਲੱਗੀ ਆ ਇੱਕ ਫਾਂਟ ਆ ਲੱਗੀ ਸਾਈਡਾਂ ਪਰ ਸੱਤ ਕੁ ਵੀਗੇ ਪਾਟੋ ਗਿਆ ਹਾਂ ਸੱਤ ਵੀਗਿਆਂ ਦਾ ਮਾਲ ਆ ਬਾਈ ਇੰਨਾ ਕੁ ਦੇਖੋ 16 ਫੁੱਟ ਟਰਾਲਾ ਏ ਬਾਕੀ ਦੇਖ ਲਓ ਸਵਾ ਚੌਂਤੀ ਜੀਰੀ ਐਨ ਸੁੱਕੀ ਪਈ ਹੈ ਦਾਣਾ ਦਾਣਾ ਦੇਖਦਾ ਵਧੀਆ ਇਹਦੇ ਪਤਾ ਨਹੀਂ ਕਿਤੇ ਕਿਕੜਾ ਕਰ ਗਿਆ ਜਿਹੜਾ ਸਾਡੇ ਪਿਛਲੇ ਸਾਲ ਤੋਂ ਸਲਾਹ ਉਹ ਨਹੀਂ ਕਰਿਆ ਪੂਰੀ ਹਵਾ ਨਹੀਂ ਕੀਤਾ ਜ਼ਿਆਦਾ ਹਵਾ ਨਹੀਂ ਵਜਨ ਕਰਕੇ ਲਾਤਾ ਟਿਕਾਣੇ ਫਿਰ ਕਹਿੰਦੇ ਬੰਬੂ ਭਰ ਗਿਆ ਟਿਕਾਣੇ ਲਾਤਾ ਪੂਰੀ ਨੇ ਲਓ ਜੀ ਬਾਈ ਨਬੂ
ਨਿੰਦਰ ਡਰਾਈਵਰ ਦੋਨੇ ਜਾਣੇ ਕਿੱਥੇ ਆਉਂਦੇ ਕੰਮ ਨੂੰ ਚੀਨਾ ਪਾਣੀ ਪਾਉਂਦੇ ਚੀਨਾ ਹਾਲ ਆ ਚੀਨਾ ਦੇਖੇ ਹੀ ਨਹੀਂ ਉਹ ਵੀ ਬੈਠਾ ਜਿੰਨਾ ਮਸ਼ੀਨ 'ਚ ਤੇਲ ਪੈਂਦਾ ਉਹਨਾਂ ਚੀਨਾ ਪਾਣੀ ਪੀਂਦਾ।